ਲੇਡੀਜ਼ ਐਂਡ ਜੈਂਟਲਮੈਨ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਪਾਲ ਬਾਟ ਇੱਕ ਵਾਰ ਫਿਰ ਮਾਈ ਟੀਵੀ ਦੇ ਸਟੂਡੀਓਜ਼ ਵਾਸ਼ਿੰਗਟਨ ਡੀਸੀ, ਦੁਨੀਆ ਦੀ ਰਾਜਧਾਨੀ 'ਚ ਤੁਹਾਡਾ ਆਪਣਾ ਪ੍ਰੋਗਰਾਮ ਡੀਸੀ ਨਾਈਟ ਵਿਦ ਪਾਲ ਬਾਟ ਲੈ ਕੇ ਦਰ ਹਾਜ਼ਰ ਹੈ ਜੀ। ਔਰ ਤੁਹਾਡੀ ਇਜਾਜ਼ਤ ਨਾਲ ਜਿਉਂ ਕਹਿਣਾ ਚਾਹੁੰਦਾ ਅੱਜ ਦੇ ਸਾਡੇ ਮਹਿਮਾਨ, ਸਾਡੀ ਅਗਲੀ ਪੀੜ੍ਹੀ ਦੇ ਨੁਮਾਇੰਦੇ ਸਰਦਾਰ ਹਰਮੀਤ ਸਿੰਘ ਹੁੰਦਲ ਨੂੰ। ਸੋ ਆਓ ਆਪਾਂ ਵੈਲਕਮ ਕਰਦੇ ਹਾਂ ਜੀ ਹੁੰਦਲ ਸਾਹਿਬ ਜੀ ਨੂੰ ਤੁਹਾਡਾ। ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਸਰੋਤਿਆਂ ਨੂੰ ਮਾਈ ਟੀ ਵੀ ਵੱਲੋਂ। ਮੈਂ ਥੈਂਕ ਯੂ ਕਹਿਣਾ ਚਾਹਾਂਗਾ ਜਿਹੜਾ ਕਿ ਸਾਨੂੰ ਅੱਜ ਇੱਕ ਵੋਇਸ ਦਿੱਤੀ ਹੈ ਮਾਈ ਟੀ ਵੀ ਨੇ, ਅਤੇ ਮਾਰ ਸਾਹਿਬ ਤੁਹਾਡਾ ਕਿ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ। ਲਓ ਜੀ ਨੂੰ ਐਨੀ ਟਾਈਮ। ਸਰਦਾਰ ਹਰਮੀਤ ਸਿੰਘ ਹੁੰਦਲ ਐਜ਼ ਆ ਸੈਡ ਕਿ ਸਾਡੀ ਅਗਲੀ ਪੀੜ੍ਹੀ ਦੇ ਇੱਕ ਨੁਮਾਇੰਦੇ ਨੇ, ਲੇਕਿਨ ਅੱਜ ਸਟੂਡੀਓ ਦੇ ਵਿੱਚ ਸਾਡਾ ਇੱਕ ਰਿਸ਼ਤਾ ਦੋ ਪੀੜ੍ਹੀਆਂ ਨੂੰ ਇਕੱਠਾ ਕਰਕੇ ਤੁਹਾਡੇ ਅੱਗੇ ਅਸੀਂ ਲੈ ਕੇ ਆਏ ਹਾਂ। ਜ਼ਿੰਦਗੀ ਦੀ ਹਰ ਜਰਨੀ ਦਾ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਜੀ, ਇਹਨਾਂ ਦੀ ਵੀ ਇੱਕ ਜਰਨੀ ਨਵੀਂ ਸ਼ੁਰੂ ਹੋਈ ਹੈ, ਜੋ ਮੈਂ ਸਮਝਦਾ ਕਿ ਸਾਡੇ ਪੰਜਾਬੀਆਂ ਦੇ ਲਈ ਬੜੇ ਫਖਰ ਦੀ ਗੱਲ ਹੈ, ਔਰ ਉਹਦੇ ਬਾਰੇ ਗੱਲ ਕਰਾਂਗੇ। ਇਹਨਾਂ ਨੇ ਇੱਕ ਸੰਸਥਾ ਸ਼ੁਰੂ ਕੀਤੀ ਆਪਣੇ ਸੰਗੀ ਸਾਥੀਆਂ ਬੇਲੀਆਂ ਦੇ ਨਾਂ ਰਲ ਕੇ, ਜਿਹਦਾ ਨਾਂ ਹੈ ਲਾਈਫ ਫੋਰ ਹਿਊਮਨਸ, ਵਾਸ਼ਿੰਗਟਨ ਡੀਸੀ ਦੇ ਵਿੱਚੋਂ, ਔਰ ਜੋ ਸਿੱਖ ਪੰਥ ਜਾਣਿਆ ਜਾਂਦਾ ਜਿਹਨਾਂ ਕੰਮਾਂ ਦੇ ਲਈ ਕਿ ਕੇਅਰਿੰਗ ਐਂਡ ਸ਼ੇਅਰਿੰਗ ਦਾ ਜਿਹੜਾ ਕੌਨਸੈਪਟ ਸਾਡਾ, ਦੂਜੇ ਦੇ ਦੁੱਖਾਂ ਨੂੰ ਆਪਣੇ ਦੁੱਖ ਸਮਝਦਾ, ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਹੋਣਾ, ਆਪਣੇ ਨਿੱਜੀ ਪਦਾਰਥ ਨੂੰ ਲੋੜਵੰਦਾਂ ਦੇ ਨਾਲ ਸਾਂਝਾ ਕਰਨਾ। ਸੋ ਲਾਈਫ ਫੋਰ ਹਿਊਮਨਸ ਇਹੀ ਮੁੱਦਾ ਓਬਜੈਕਟਿਵ ਲੈ ਕੇ ਫੀਲਡ ਦੇ ਵਿੱਚ ਪਹੁੰਚੇ ਨੇ ਕੋਈ ਤਕਰੀਬਨ 8 ਮਹੀਨੇ ਪਹਿਲਾਂ। ਸੋ ਵਾਈ ਡੋਂਟ ਵੀ ਲੈਟ ਮਿਸਟਰ ਹੁੰਦਲ ਸ਼ੇਅਰ ਅਬਾਊਟ ਲਾਈਫ ਫੋਰ ਹਿਊਮਨਸ, ਥੋੜ੍ਹਾ ਜਿਹਾ ਦੱਸ ਦਿਓ ਵਿਊਅਰਸ ਨੂੰ ਕਿ ਇਹ ਆਈਡੀਆ ਜੀ ਕਿਵੇਂ ਸ਼ੁਰੂ ਹੋਇਆ। ਹਾਂਜੀ, ਔਰ ਕਿੰਨੀ ਦੇਰ ਤੋਂ ਸ਼ੁਰੂ ਹੋਇਆ? ਸੋ ਇਹ ਅਸੀਂ ਆਈਡੀਆ ਜਿਹੜਾ ਸ਼ੁਰੂ ਕੀਤਾ ਜੀ ਕੋਈ 8 ਕੁ ਮਹੀਨੇ ਪਹਿਲਾਂ ਸ਼ੁਰੂ ਕੀਤਾ, ਅਤੇ ਉਸ ਤੋਂ ਪਹਿਲਾਂ ਤਾਂ ਅਸੀਂ ਕੋਈ ਦੋਸਤ ਮਿੱਤਰ ਇੱਕ ਦੂਜੇ ਨਾਲ ਮਿਲਦੇ ਸੀ, ਗੱਲਾਂ ਕਰਦੇ ਸੀ ਇਸ ਚੀਜ਼ ਬਾਰੇ, ਪਰ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਰੀਜ਼ਨਸ ਕਰਕੇ ਕੁਛ ਸਾਲ ਪਹਿਲਾਂ ਇਹ ਗੱਲਾਂ ਨਹੀਂ ਹੋ ਸਕੀਆਂ ਕਿ ਅਸੀਂ ਨਹੀਂ ਸ਼ੁਰੂ ਕਰ ਸਕੇ। ਪਰ ਰੀਸੈਂਟਲੀ ਪਿਛਲੇ ਸਾਲ ਇਹ ਗੱਲ ਹੋਈ ਕਿ ਕੁਛ ਮੇਰੇ ਦੋਸਤ ਨੇ, 8-9 ਦੋਸਤ ਨੇ ਜਿਹੜੇ, ਜਿਨ੍ਹਾਂ ਨਾਲ ਅਸੀਂ ਮਿਲ ਕੇ ਕਿਹਾ ਕਿ ਸਾਨੂੰ ਥੋੜ੍ਹਾ ਐਟਲੀਸਟ ਸ਼ੁਰੂ ਕਰਨਾ ਚਾਹੀਦਾ, ਕਿ ਜ਼ਰੂਰੀ ਨਹੀਂ ਕਿ ਨੈਸ਼ਨਲ ਲੈਵਲ 'ਤੇ ਜਾਂ ਅਸੀਂ ਇੰਟਰਨੈਸ਼ਨਲ ਚਲੇ ਜਾਈਏ, ਪਰ ਮੇ ਬੀ ਅਸੀਂ ਲੋਕਲ ਜਿਵੇਂ ਲਾਉਂਡਨ ਕਾਊਂਟੀ ਵਿੱਚ ਹੋ ਗਿਆ ਜਾਂ ਫੇਅਰਫੈਕਸ ਜਾਂ ਮੈਰੀਲੈਂਡ ਦੇ ਵਿੱਚ ਹੋ ਗਿਆ ਰਾਈਟ ਨਾਓ, ਅਤੇ ਫਿਰ ਜਿਵੇਂ ਅੱਜ ਨਾਲ ਲੋਕ ਜੁੜਨਗੇ ਅਤੇ ਅਸੀਂ ਉਹਨੂੰ ਵਧਾ ਸਕਦੇ ਹਾਂ। ਸੋ ਬੇਸਿਕਲੀ ਸਾਡਾ ਗੋਲ ਇਹੀ ਸੀਗਾ ਕਿ ਜਿੰਨਾ ਵੀ ਅਸੀਂ ਹਰ ਮਹੀਨੇ ਵਿੱਚ ਅਗਰ ਇੱਕ ਸ਼ੈਲਟਰ ਜਾਂ ਦੋ ਸ਼ੈਲਟਰ ਜਾਂ ਤਿੰਨ ਜਿਹੜੇ ਹੋਮਲੈਸ ਸ਼ੈਲਟਰਸ ਨੇ ਡੀਸੀ ਏਰੀਏ ਦੇ ਵਿੱਚ ਆਪਣੇ, ਉਹਨਾਂ ਨੂੰ ਫੂਡ ਪ੍ਰੋਵਾਈਡ ਕੀਤਾ ਜਾਵੇ। ਲਾਈਫ ਫੋਰ ਹਿਊਮਨਸ, ਹਾਂਜੀ, ਫਿਰ ਇੱਕ ਵਾਰੀ ਗੱਲ ਹੁੰਦੀ ਹੈ ਜੀ ਕਿ ਸ਼ੁਰੂ ਹੁਣ ਕਰਨਾ ਇੱਕ ਆਈਡੀਆ, ਜਾਂ ਤਾਂ ਉਹ ਆਈਡੀਆ ਵੈਸੀ ਗੱਲਬਾਤ ਕਰਦੇ ਆ ਗਿਆ, ਜਾਂ ਤੁਸੀਂ ਕਿਸੇ ਨਾ ਕਿਸੇ ਚੀਜ਼ ਤੋਂ ਪ੍ਰੇਰਿਤ ਹੋਏ ਹੋ, ਯੂ ਵਰ ਇੰਸਪਾਇਰਡ ਬਾਈ ਸਮਥਿੰਗ। ਦੇਖੋ ਜੀ, ਆਈ ਮੀਨ ਜ਼ਿੰਦਗੀ ਦੇ ਵਿੱਚ ਸਟਰਗਲ ਤਾਂ ਹਰ ਕੋਈ ਕਰਦਾ ਇੱਥੇ ਆ ਕੇ ਇਸ ਕੰਟਰੀ ਦੇ ਵਿੱਚ, ਪਰ ਇਹ ਹੈ ਕਿ ਅੱਜ ਮਾਲਕ ਨੇ ਇੱਕ ਮੌਕਾ ਦਿੱਤਾ ਹੈ ਕਿ ਕਿਸੇ ਨਾਲ ਉਹ ਸ਼ੇਅਰ ਕਰ ਸਕੀਏ ਅਸੀਂ, ਕਿ ਜੇ ਸਾਡੇ ਕੋਲ ਚੰਗਾ ਅੱਜ ਕੰਮ ਕਾਰ ਚੱਲ ਰਿਹਾ ਤਾਂ ਅਸੀਂ ਕਿਸੇ ਨਾਲ, ਚਲੋ ਕਿਸੇ ਦੀ ਡਿਨਰ ਕਰ ਦੇ ਸਕੀਏ, ਕਿਸੇ ਨੂੰ ਐਟਲੀਸਟ ਤਾਂ ਖੁਸ਼ੀ ਹੁੰਦੀ ਹੈ ਜੀ, ਅਤੇ ਕਿਸੇ ਭੁੱਖੇ ਨੂੰ ਲੋੜਵੰਦ ਨੂੰ ਆਪਾਂ ਖਾਣਾ ਦੇ ਸਕੀਏ, ਅਤੇ ਉਹੀ ਥੋੜ੍ਹਾ ਉਸੇ ਟੀਚਿੰਗਸ ਨੂੰ ਥੋੜ੍ਹਾ ਗਾਂਹ ਅਸੀਂ ਕਰ ਰਹੇ ਹਾਂ ਕਿ ਚਲੋ ਐਟਲੀਸਟ ਵਧਾਇਆ ਜਾਵੇ, ਨਾਲ ਲੋਕ ਜੁੜਨਗੇ ਤਾਂ ਥੋੜ੍ਹਾ ਚਲੋ ਸੁੱਖ ਸ਼ਾਂਤੀ ਸਕੂਨ, ਅਤੇ ਨਾਲ ਇਹ ਵੀ ਹੋਏਗਾ ਕਿ ਚੰਗੇ ਪਾਸੇ ਕੋਈ ਜਿਹੜਾ ਸਾਡੇ ਲੱਗੇ ਨੇ ਪੈਸੇ ਲੱਗੇ ਨੇ ਜਾਂ ਕੋਈ ਵੀ ਹੈ ਜਾਂ ਐਫਰਟ ਲੱਗਾ ਹੈ ਉਹ ਚੰਗੇ ਪਾਸੇ ਲੱਗਾ, ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੱਜ ਸਿੱਖ ਪੰਥ ਦੀ ਇੱਕ ਅਗਰ ਕਿਸੇ ਖੇਤਰ ਚੜ੍ਹਦੀ ਕਲਾ ਨਜ਼ਰ ਆ ਰਹੀ ਹੈ, ਉਹ ਇਸੇ ਪਾਸੇ ਆ ਰਹੀ ਹੈ ਕਿ ਲੋੜਵੰਦਾਂ ਤੱਕ ਉਹ ਮਦਦ ਪਹੁੰਚਾ ਰਹੇ ਨੇ। ਸੋ ਜਿਹੜੀ ਕਿ ਤੁਹਾਡੀ ਸੰਸਥਾ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਐਂਡ ਯੂ ਆਰ ਵਨ ਆਫ ਦ ਕੋ-ਫਾਊਂਡਰਸ, ਨਾਲ ਸੱਜਣ ਮਿੱਤਰ, ਹਾਂਜੀ, ਨਾਲ ਆਪਣੇ ਫਰੈਂਡਸ ਨੇ ਜਿਹੜੇ ਕਿ ਕੁਛ ਪਿਛਲੇ 10-12 ਸਾਲਾਂ ਤੋਂ ਇਕੱਠੇ ਨਾਲ ਤੁਰੇ ਆ ਰਹੇ ਹੈ। ਸੋ ਕੁਛ ਆਪਣਾ ਨਾਮ ਲੈਣਾ ਚਾਹਾਂਗਾ ਕੁਛ ਭਰਾਵਾਂ, ਜ਼ਰੂਰ ਪਲੀਜ਼। ਸੋ ਇੱਕ ਤਾਂ ਆਪਣੇ ਬਾਜਵਾ ਫੈਮਿਲੀ ਹੈ, ਰਾਜੂ ਬਾਜਵਾ ਅਤੇ ਰਿੰਕੂ ਬਾਜਵਾ, ਉਹਨਾਂ ਦੀ ਕਾਫੀ ਮਦਦ ਹੈ, ਅਤੇ ਹਰਮਨ ਵੜੈਂਚ ਹੋ ਗਿਆ, ਪੰਮਾ ਮੇਰੇ ਨਾਲ ਕਾਫੀ, ਅਸੀਂ ਹਾਈ ਸਕੂਲ ਵੀ ਦੋਵੇਂ ਇਕੱਠੇ ਗਏ ਸੀ, ਸੋ ਉਹਨਾਂ ਦੀ ਹੋ ਗਿਆ, ਨਾਲ ਆਪਣਾ ਵੱਲਾ ਸਾਹਿਬ ਦੀ ਹੋ ਗਈ, ਅਤੇ ਨਾਲ ਤੁਹਾਡੀ ਯੋਗਦਾਨ ਹੈ। ਚਲੋ ਅਸੀਂ ਤਾਂ ਮਾਈ ਟੀਵੀ ਤੁਹਾਡੇ ਹਮੇਸ਼ਾ ਤੁਹਾਡੇ ਨਾਲ ਹੀ ਹੈ। ਹਾਂਜੀ, ਸੋ ਇਹ ਯੋਗਦਾਨ ਤੁਹਾਡਾ ਸਾਰਿਆਂ ਦਾ ਹੈਗਾ ਜੀ, ਅਤੇ ਜਿਹੜਾ ਕਿ ਹਰ ਮਹੀਨੇ ਸਾਨੂੰ ਐਟਲੀਸਟ ਸੇਵਾ ਕਰਨ ਦਾ ਮੌਕਾ ਦੇ ਰਿਹਾ ਹੈ ਕਿ ਅਸੀਂ 1 ਤੋਂ 2 ਜਾਂ 3 ਤੋਂ 4 ਸ਼ੈਲਟਰਸ ਦੀ ਸੇਵਾ ਕਰ ਸਕੀਏ। ਸੋ ਡੂ ਆਈ ਟੇਕ ਇਟ ਕਿ ਜਿੰਨੇ ਵੀ ਤੁਹਾਡੇ ਆਈ ਵੁੱਡ ਕਾਲ ਦਮ ਪਾਰਟਨਰਸ ਜਾਂ ਤੁਹਾਡੇ ਜਿਹੜੇ ਨਾਲ ਟੀਮ ਦੇ ਮੈਂਬਰਸ ਨੇ, ਸੋ ਫਾਈਨੈਂਸ਼ਲੀ ਦੇ ਆਰ ਆਲ ਡੂਇੰਗ ਫੇਅਰਲੀ ਵੈਲ। ਹਾਂਜੀ, ਤਾਂ ਜੋ ਆਪਣੇ ਸਾਰਿਆਂ ਦੇ ਮੋਸਟਲੀ ਬਿਜ਼ਨਸਿਸ ਨੇ ਜੀ, ਜਿਵੇਂ ਮੇਰਾ ਆਪਣੀ ਰੈਸਟੋਰੈਂਟ ਲਾਈਨ ਹੈ, ਸੋ ਉਸ ਤੋਂ ਅਸੀਂ ਯੂਜ਼ ਕਰਦੇ ਉਸ ਚੀਜ਼ ਨੂੰ ਵੀ, ਪਰ ਸਾਰਿਆਂ ਦੇ ਮੋਸਟਲੀ ਬਿਜ਼ਨਸਿਸ ਨੇ, ਅਤੇ ਅਸੀਂ ਇਸ ਚੀਜ਼ ਵਾਸਤੇ, ਕਿਉਂਕਿ ਸਾਡਾ ਇਹ ਜਿਹੜਾ ਉਪਰਾਲਾ ਹੈ ਬਹੁਤ ਛੋਟਾ ਹੈ ਹਾਲੇ, ਅਤੇ
ਕੁਛ ਅਸੀਂ ਫੰਡਸ ਕਰਦੇ ਹਾਂ ਕਿ ਚਲੋ $100 $200 ਜਿੰਨਾ ਵੀ ਸਾਨੂੰ ਦੇਣਾ ਪਵੇ ਅਸੀਂ ਦਿੰਦੇ ਹਾਂ। ਇਟਸ ਨਾਟ ਕਿ ਰਾਈਟ ਨਾਓ ਅਸੀਂ ਇੰਨੇ ਵੱਡੇ ਨਹੀਂ ਹੋਏ ਕਿ ਅਸੀਂ ਸਾਨੂੰ ਲੱਖਾਂ ਦੇ ਵਿੱਚ ਚਾਹੀਦੇ ਨੇ। ਸੋ ਉਹਦੇ ਵਿੱਚ ਇਹੀ ਹੁੰਦਾ ਕਿ ਚਲੋ ਜਿਹੜਾ ਕੋਈ ਫਜ਼ੂਲ ਖਰਚੀ 'ਤੇ ਲਾਉਣਾ ਹੈ ਉਹਨੂੰ ਇੱਥੇ ਲਾ ਦਈਏ ਅਤੇ ਚਲੋ ਐਟਲੀਸਟ ਕਿਸੇ ਨੂੰ ਮੈਰੀਲੈਂਡ ਵਰਜੀਨੀਆ ਕਿਹੜੇ ਕਿਹੜੇ ਸੰਸਥਾ ਨੇ ਜਿੱਥੇ ਤੁਸੀਂ ਜਾ ਕੇ ਫੂਡ ਪ੍ਰੋਵਾਈਡ ਕਰਦੇ ਹੋ? ਸੋ ਮੋਸਟਲੀ ਤਾਂ ਜਿਹੜੇ ਆਪਣੇ ਹੋਮਲੈਸ ਸ਼ੈਲਟਰਸ ਨੇ ਜੀ, ਅਤੇ ਜਿਹੜੇ ਕਿ ਕਾਉਂਟੀ ਰਨਸ ਨੇ ਆਪਣੇ ਲਾਉਡਨ ਕਾਉਂਟੀ ਦੇ ਵਿੱਚ, ਜਿਵੇਂ ਕਿ ਵੂਮੈਨਸ ਦਾ ਸ਼ੈਲਟਰ ਹੈ ਲਾਉਡਨ ਕਾਉਂਟੀ ਵਰਜੀਨੀਆ ਦੇ ਵਿੱਚ, ਜੀ ਉੱਥੇ ਇੱਕ ਵੂਮੈਨਸ ਦਾ ਸ਼ੈਲਟਰ ਹੈ ਜਿਵੇਂ ਅਬਿਊਜ਼ਡ ਵੂਮੈਨ ਸ਼ੈਲਟਰਸ ਨੇ ਇਹਨਾਂ ਦੇ ਕੋਲ, ਜਾਂ ਅਬਿਊਜ਼ਡ ਰਿਲੇਸ਼ਨਸ਼ਿਪਸ 'ਚੋਂ ਜਿਹੜੇ ਬੰਦੇ ਜਾਂ ਬੁੱਢੀਆਂ ਨਿਕਲਦੇ ਨੇ ਉਹਨਾਂ ਦੇ ਸ਼ੈਲਟਰਸ ਨੇ। ਸੋ ਉਹਨਾਂ ਨੂੰ ਅਸੀਂ ਕਰਦੇ ਹਾਂ। ਬਾਕੀ ਆਪਣਾ ਡੀਸੀ ਦੇ ਵਿੱਚ ਤਾਂ ਮੋਸਟਲੀ ਜਿਵੇਂ ਮਿਲਟਰੀ ਹੋਮਲੈਸ ਸ਼ੈਲਟਰਸ ਨੇ, ਅਤੇ ਉਹਨਾਂ ਦੇ ਕੋਈ ਬੰਦੇ ਹੁੰਦੇ ਨੇ ਜਿਹੜੇ ਕਿ ਦੇ ਕੈਨ ਆਰ ਪ੍ਰੋਵਾਈਡ ਫੋਰ ਦੈਮਸੈਲਫ, ਅਤੇ ਉੱਥੇ ਜਾ ਕੇ ਉਹ ਰਾਤ ਨੂੰ ਸੌਂਦੇ ਨੇ ਜਾਂ ਸ਼ਾਵਰ ਲੈਂਦੇ ਨੇ, ਜਾਂ ਉਹਨਾਂ ਨੂੰ ਅਸੀਂ ਚਲੋ ਪੁੱਛ ਲੈਂਦੇ ਹਾਂ ਕਿ ਅਗਰ ਤੁਹਾਨੂੰ ਕੋਈ ਵੀ ਮਦਦ ਚਾਹੀਦੀ ਹੈ। ਸੋ ਨਾਟ ਜਸਟ ਫੂਡ, ਕਿ ਅਗਰ ਤੁਹਾਨੂੰ ਕੋਈ ਟੋਇਲਟ ਪੇਪਰ ਜਾਂ ਇਹੋ ਜਿਹਾ ਕੁਛ, ਜਾਂ ਸ਼ੈਂਪੂ ਵਗੈਰਾ ਚਾਹੀਦਾ, ਸੋ ਕੁਛ ਉਹ ਵੀ ਹੋ ਜਾਂਦਾ ਨਾਲ। ਪਰ ਮੋਸਟਲੀ ਜਿਹੜਾ ਸਾਡਾ ਹੈ ਕਿ ਜਿਵੇਂ ਡਿਨਰ ਦਾ ਹੁੰਦਾ ਹੈ ਕਿ ਜੇਕਰ ਉਹਨਾਂ ਕੋਲ ਓਵਰ ਕਰਾਊਡ ਕਿਸੇ ਵੇਲੇ ਹੋ ਜਾਂਦੀ ਹੈ, ਕਿ ਡੀਸੀ ਦੇ ਵਿੱਚ ਸਪੈਸ਼ਲੀ ਇਹ ਹੁੰਦਾ ਕਿ ਓਵਰ ਕਰਾਊਡ ਹੋ ਜਾਂਦੀ, ਜਿਵੇਂ ਠੰਡ ਹੋ ਗਈ ਬਾਹਰ ਤਾਂ ਜਿੰਨੇ ਵੀ ਹੋਮਲੈਸ ਬਾਹਰ ਸੌਂਦੇ ਨੇ ਉਹ ਸ਼ੈਲਟਰ ਚਲੇ ਜਾਣਗੇ। ਸੋ ਉੱਥੇ ਉਹਨਾਂ ਨੂੰ ਪੁੱਛ ਲਈਦਾ ਹੈ ਕਿ ਸਾਨੂੰ ਕਾਲ ਕਰਕੇ ਦੱਸ ਦਿਓ ਕਿ ਅੱਜ ਨੀਡ ਬੇਸਿਸ ਤੇ ਤੁਹਾਨੂੰ ਉਹ ਕਾਲ ਕਰਦੇ ਰਹਿੰਦੇ ਨੇ, ਉਹ ਨੀਡ ਬੇਸਿਸ ਤੇ ਕਾਲ ਕਰਦੇ ਨੇ। ਤੁਸੀਂ ਮਿਲਟਰੀ ਦੀ ਗੱਲ ਕੀਤੀ ਹੈ, ਮੈਂ ਇੱਥੇ ਵਿਊਜ਼ ਨੂੰ ਦੱਸਦਾ ਮੈਂ ਐਂਡ ਵਿਊਜ਼ ਨੂੰ ਵੀ ਪਤਾ ਹੈ ਕਿ ਕਈ ਵਾਰੀ ਜਦੋਂ ਸਰਵਿਸਿਸ ਤੋਂ ਬਾਅਦ ਆਉਂਦੇ ਨੇ ਜਿਸ ਦੇ ਐਕਸਪੀਰੀਅੰਸਿਸ ਦੇ ਹੈਡ ਇਨ ਦ ਸਰਵਿਸਿਸ, ਉਹ ਆਮ ਜ਼ਿੰਦਗੀ ਦੇ ਵਿੱਚ ਬੜੀ ਉਹਨਾਂ ਦੀ ਡਿਸਟਰਬੈਂਸ ਆਉਂਦੀ ਹੈ ਐਂਡ ਦੇ ਕੈਂਟ ਕੋਪ ਵਿਦ ਇਟ ਐਂਡ ਦੈਟ ਇਜ਼ ਹਾਊ ਦੇ ਐਂਡ ਅਪ ਔਨ ਅ ਸਟਰੀਟ, ਸੋ ਲੋੜਵੰਦ ਬਣ ਜਾਂਦੇ ਨੇ ਜੀ। ਇਹ ਜਿਹੜਾ ਖਾਣਾ ਹੈ ਤੁਸੀਂ, ਹਾਂਜੀ, ਓਬਵੀਅਸਲੀ ਕੁੱਕਡ ਹੀ ਦਿੰਦੇ ਹੋ? ਹਾਂਜੀ, ਇਹ ਮੋਸਟਲੀ ਤਾਂ ਅਸੀਂ ਦੇਖੋ ਜੀ, ਕਿਉਂਕਿ ਸਾਡਾ ਇੰਡੀਅਨ ਕਲਚਰ ਹੈ, ਪੰਜਾਬੀ ਕਲਚਰ ਹੈ, ਸੋ ਦਾਲ ਚੌਲ ਸਾਨੂੰ ਬਣਾਉਣੇ ਆਉਂਦੇ ਨੇ। ਅੱਛਾ। ਸੋ ਪਲੱਸ ਮੇਰਾ ਬੈਕਗਰਾਊਂਡ ਥੋੜ੍ਹਾ ਰੈਸਟੋਰੈਂਟ ਦੇ ਵਿੱਚ ਕਰਕੇ, ਇਸ ਕਰਕੇ ਥੋੜ੍ਹਾ ਉਹ ਅਸੀਂ ਜਿਹੜਾ ਰੈਸਟੋਰੈਂਟ ਲਾਈਨ ਉੱਥੋਂ ਯੂਜ਼ ਕਰਕੇ ਉਸਨੂੰ, ਅਤੇ ਸਾਰਾ ਖਾਣਾ ਕੁੱਕ ਕਰਕੇ ਉਹਨੂੰ ਪੈਕ ਕਰਕੇ, ਅਤੇ ਪੰਜਾਬੀ ਖਾਣਾ, ਹਾਂਜੀ ਪੰਜਾਬੀ ਖਾਣਾ ਹੈ ਜੀ। ਇਹ ਤਾਂ ਫਿਰ ਹੋ ਗਿਆ ਨਾ ਜੀ, ਫੁੱਲ ਤੇ ਫਲੀਆਂ ਦੇ ਫਲੀਆਂ ਕਹਿੰਦੇ ਹੁੰਦੇ ਨਾ, ਵੀ ਨਾਲੇ ਪੰਜਾਬੀ ਖਾਣਾ ਵੀ ਪ੍ਰਮੋਟ ਹੋ ਰਿਹਾ ਤੇ ਨਾਲੇ ਲੋੜਵੰਦਾਂ ਦਾ ਢਿੱਡ ਵੀ। ਜ਼ਰੂਰ ਜ਼ਰੂਰ, ਹਾਂਜੀ, ਐਸੀ ਗੱਲ ਹੈ। ਤੁਸੀਂ ਆਪਣੇ ਕੋਲੋਂ ਪਾ ਰਹੇ ਹੋ ਪੈਸਾ, ਹਾਂਜੀ, ਕਦੀ ਇਹ ਸੋਚਿਆ ਕਿ ਅਸੀਂ ਇਸ ਚੀਜ਼ ਨੂੰ ਹੋਰ ਵਧਾ ਕੇ ਆਪਣੇ ਦੋਸਤ ਮਿੱਤਰਾਂ ਨੂੰ ਵੀ ਨਾਲ ਲੈ ਕੇ ਚੱਲੀਏ, ਉਪਰਾਲਾ ਕੀਤਾ, ਜਾਂ ਆਰ ਯੂ ਸੈਟਿਸਫਾਈਡ ਵਿਦ ਕਿ ਜਿੰਨਾ ਕੁ ਗਰੁੱਪ ਤੁਹਾਡਾ ਹੈਗਾ ਉਹਨੇ ਜੀ ਫਿਲਹਾਲ ਤੁਸੀਂ ਸੈਟਿਸਫਾਈਡ ਹੋ? ਯੂ ਸੈਡ ਕਿ 8 ਮਹੀਨਿਆਂ ਤੋਂ ਸ਼ੁਰੂ ਹੋਇਆ ਹਲੇ। ਹਾਂਜੀ, ਸੋ ਬੇਸਿਕਲੀ ਜੀ ਸਾਡਾ ਗੋਲ ਤਾਂ ਇਹੀ ਹੈ ਕਿ ਮੇ ਬੀ ਇੱਕ ਜਾਂ ਦੋ ਸਟੇਟਸ ਹੋਰ ਨੂੰ ਨਾਲ ਲਿਆ ਜਾਵੇ, ਪਰ ਉੱਥੋਂ ਦਾ ਯੂਥ ਵੀ ਨਾਲ ਮਿਲਣਾ ਚਾਹੀਦਾ, ਕਿਉਂਕਿ ਇੱਥੋਂ ਅਗਰ ਅਸੀਂ 5-6 ਘੰਟੇ ਟਰੈਵਲ ਕਰਾਂਗੇ ਤਾਂ ਉਹਨੇ ਚਿਰ ਨੂੰ ਤਾਂ ਜੀ ਉਹਨਾਂ ਦਾ ਨੀਡ ਬਾਰ ਬੇਸਿਸ ਅਸੀਂ ਡਿਲੀਵਰ ਕਰਦੇ ਹਾਂ ਫੂਡ, ਤਾਂ ਇਟਸ ਡਨ। ਤੋ ਸੋ ਅਗਰ ਸੋ ਉਹੀ ਹੈ ਕਿ ਅਗਰ ਰਾਈਟ ਨਾਓ ਅਸੀਂ 3 ਸਟੇਟਾਂ ਵਿੱਚ ਕਰ ਰਹੇ ਹਾਂ, ਸੋ ਡੈਫੀਨਟਲੀ ਸਾਨੂੰ ਹੈਲਪ ਦੀ ਜ਼ਰੂਰਤ ਤਾਂ ਹੈ, ਤਾਂ ਪਰ ਇਹਦੇ ਵਿੱਚ ਇਹੀ ਹੈ ਕਿ ਅਸੀਂ ਇਹਨੂੰ ਇੰਨਾ ਜ਼ਿਆਦਾ ਐਕਸਪੈਂਡ ਨਹੀਂ ਕਰਨਾ ਚਾਹੁੰਦੇ ਕਰੰਟਲੀ, ਕਿ ਜਿਹੜਾ ਸਾਡੇ ਕੋਲ ਹੈਂਡਲ ਹੀ ਨਾ ਹੋਵੇ, ਅਤੇ ਉਸ ਚੀਜ਼ ਨੂੰ ਮੁੜ ਕੇ ਅਸੀਂ ਉੱਪਰ ਲੈ ਕੇ ਜਾਣ ਨਾਲੋਂ ਅਸੀਂ ਉਹਨੂੰ ਫੇਲ ਕਰ ਲਈਏ। ਸੋ ਤੁਸੀਂ ਫਾਊਂਡੇਸ਼ਨ ਨੂੰ ਸਟਰੋਂਗ ਕਰਨਾ? ਹਾਂਜੀ, ਸੋ ਫਿਲਹਾਲ ਅਸੀਂ ਇਹੀ ਹੈ ਕਿ ਫਾਊਂਡੇਸ਼ਨ ਥੋੜ੍ਹੀ ਸਟਰੋਂਗ ਹੋ ਜਾਏ, ਜਿਹੜਾ ਕਿ ਸਾਡਾ ਇੱਕ ਕਹਿੰਦੇ ਹੁੰਦੇ ਨੇ ਕਿ ਪਲਾਨ ਬਣ ਜਾਏ, ਤਾਂ ਕਿ ਐਟਲੀਸਟ ਕਿ ਫੋਨ ਕਾਲ ਅਗਰ ਆਉਂਦੀ ਹੈ ਤੁਹਾਨੂੰ ਪਤਾ ਹੈ ਕਿ ਤੁਹਾਡਾ ਫੂਡ ਉੱਥੇ 45 ਮਿੰਟ ਜਾਂ ਆਵਰ ਦੇ ਵਿੱਚ ਪਹੁੰਚ ਜਾਏਗਾ, ਕਿਉਂਕਿ ਉਹਨਾਂ ਨੇ ਵੀ ਤੁਹਾਨੂੰ ਕਾਲ ਉਦੋਂ ਹੀ ਕਰਨੀ ਹੈ ਜਦੋਂ ਉਹਨਾਂ ਦੇ ਬੂਹੇ ਫੁੱਲ ਹੋ ਗਏ। ਐਗਜੈਕਟਲੀ। ਸੋ ਉਹ ਐਟਲੀਸਟ 45 ਮਿੰਟ ਦਾ ਗੈਪ ਜਿਹੜਾ ਅਸੀਂ ਰੱਖ ਕੇ ਚੱਲ ਰਹੇ ਹਾਂ ਰਾਈਟ ਨਾਓ, ਕਿ ਅਸੀਂ ਉਹਨਾਂ ਨੂੰ ਉਹ ਪ੍ਰੋਵਾਈਡ ਕਰ ਸਕੀਏ। ਵੈਰੀ ਗੁੱਡ। ਹਾਂਜੀ, ਸਿੱਖ ਧਰਮ ਸਾਨੂੰ ਇਹੀ ਦੱਸਦਾ ਜੀ ਬਾਰ ਬਾਰ ਕਿ ਲੋੜਵੰਦਾਂ ਦੀ ਮਦਦ ਕਰਨੀ ਹੈ। ਬ੍ਰੇਕ ਲੈਣੀ ਚਾਹੁੰਦਾ, ਲੇਕਿਨ ਉਹ ਤੋਂ ਪਹਿਲਾਂ ਇਹਨਾਂ ਦੱਸਣਾ ਚਾਹੁੰਦਾ ਕਿ ਦਿਸ ਯੰਗ ਮੈਨ ਹੈਜ਼ ਅ ਗ੍ਰੇਟ ਆਈਡੀਆ। ਬਹੁਤ ਹੀ ਵਧੀਆ, ਇਹਨਾਂ ਨੇ ਇੱਕ ਮੈਨੂੰ ਸਵਾਲ ਪੁੱਛਿਆ ਸੀ ਜਿਹੜਾ ਕਿ ਤੁਹਾਡਾ ਸ਼ੇਅਰ ਕਰਾਂਗੇ, ਪਰ ਕਰਾਂਗੇ ਬ੍ਰੇਕ ਤੋਂ ਬਾਅਦ ਜੀ। ਸੋ ਪਲੀਜ਼ ਸਟੇ ਵਿਦ ਅਸ, ਵੀਲ ਬੀ ਰਾਈਟ ਬੈਕ। ਹਾਈ, ਮਾਈ ਨੇਮ ਇਜ਼ ਕੁਲਦੀਪ ਗਿੱਲ, ਹਮ ਬ੍ਰੋਕਰ ਆਫ ਸਕਾਈ ਰਿਅਲਟੀ। The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Hi, my name is Kuldeep Gill.
I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਪ੍ਰੋਗਰਾਮ ਡੀ ਸੀ ਨਾਇਬ ਵਿਦ ਪੌਲ ਬਾਠ ਔਰ ਮੈਂ ਪੌਲ ਬਾਠ ਮੇਰੇ ਨਾਲ ਸਟੂਡੀਓ 'ਚ ਅੱਜ ਮੌਜੂਦ ਨੇ ਸਰਦਾਰ ਹਰਮੀਤ ਸਿੰਘ ਹੁੰਦਲ ਜੋ ਕਿ ਕੋ ਫਾਊਂਡਰ ਨੇ ਲਾਈਫ ਫੋਰ ਹਿਊਮਨਸ ਇਨ ਟ੍ਰਾਈ ਸਟੇਟ ਏਰੀਆ ਵਿਚ ਇਜ਼ ਵਾਸ਼ਿੰਗਟਨ ਡੀ ਸੀ ਮੈਰੀਲੈਂਡ ਐਂਡ ਵਰਜੀਨੀਆ ਅਤੇ ਬ੍ਰੇਕ ਜਾਣ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਹੀ ਇਜ਼ ਅ ਗ੍ਰੇਟ ਆਈਡੀਆ ਪਰ ਉਹ ਤੋਂ ਪਹਿਲਾਂ ਆਪਾਂ ਚੰਦ ਮਿੰਟਾਂ ਲਈ ਲੈਟਸ ਗੋ ਬੈਕ ਟੂ ਪੰਜਾਬ ਜੀ ਪੰਜਾਬ ਦਾ ਜਨਮ ਹਾਂਜੀ ਕਿਹੜੀ ਥਾਂ ਦਾ ਪੰਜਾਬ ਦਾ ਜਨਮ ਹੈ ਜੀ ਅੰਮ੍ਰਿਤਸਰ ਦੇ ਲਾਗੇ ਪਿੰਡ ਹੈ ਛੋਟਾ ਜਿਹਾ ਸ਼ੇਖ ਫਤਿਹ ਸ਼ੇਖ ਫਤਿਹ ਹਾਂਜੀ ਸ਼ੇਖ ਫਤਿਹ ਤੋਂ ਜਰਨੀ ਕਦੋਂ ਸ਼ੁਰੂ ਹੋਈ ਅਮਰੀਕਾ ਦੀ ਅਤੇ ਉਹ ਕੁਛ ਮੈਂ ਉਸ ਵਕਤ 12-13 ਸਾਲ ਦਾ ਸੀ ਜੀ ਅੱਛਾ ਅਤੇ ਪੇਰੈਂਟਸ ਦੇ ਨਾਲ ਹੀ ਇੱਥੇ ਆਇਆ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਕੇ ਬੇਸਿਕਲੀ ਸਟੱਡੀ ਵੀ ਕੀਤੀ ਹੈ ਅਤੇ ਕਾਲਜ ਵੀ ਇੱਥੇ ਫਿਨਿਸ਼ ਕੀਤਾ ਹੈ ਸੋ ਯੂ ਆਰ ਗ੍ਰੈਜੂਏਟ ਹਾਂਜੀ ਜਿਹੜੀ ਕਿ ਆਪਾਂ ਸਮਝਦੇ ਬੇਸਿਕ ਸਾਡੇ ਹਰ ਇੱਕ ਪੰਜਾਬੀ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਹਾਂਜੀ ਆ ਜਾਓ ਹੁਣ ਆਈਡੀਏ 'ਤੇ ਆ ਜਾਓ ਜੀ ਸ਼ੇਅਰ ਕਰੋ ਵਿਊਜ਼ ਦੇ ਨਾਲ ਕਿ ਆਈਡੀਆ ਕੀ ਹੈ ਤੁਹਾਡਾ ਸੋ ਯੂ ਨੀਡ ਦੇਅਰ ਇਨਪੁਟ ਔਨ ਇਟ ਬਾਟ ਸਾਹਿਬ ਨੇ ਕਿਹਾ ਸੀ ਕਿ ਇੱਕ ਆਈਡੀਆ ਹੈ ਅਤੇ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਸੀ ਕਿ ਮੈਨੂੰ ਉਸ ਚੀਜ਼ ਦੇ ਵਿੱਚ ਹੈਲਪ ਵੀ ਚਾਹੀਦੀ ਹੈ ਐਕਚੁਲੀ ਹਰ ਇੱਕ ਪੰਜਾਬੀ ਦੀ ਮੈਨੂੰ ਉਹਦੇ ਵਿੱਚ ਹੈਲਪ ਚਾਹੀਦੀ ਹੈ ਕਿ ਆਈਡੀਆ ਇਹ ਸੀ ਕਿ ਜਿਹੜਾ ਫੂਡ ਆਪਣਾ ਗੁਰਦੁਆਰਿਆਂ ਦੇ ਵਿੱਚ ਸੈਟਰਡੇ ਨੂੰ ਜਾਂ ਸੰਡੇ ਨੂੰ ਜਾਂ ਥਰਸਡੇ ਨੂੰ ਆਪਣੇ ਦੀਵਾਨ ਹੁੰਦੇ ਨੇ ਅਤੇ ਅਗਰ ਕੋਈ ਫੂਡ ਕਿਸੇ ਵੀ ਲੋਕਲ ਗੁਰਦੁਆਰੇ ਦੇ ਵਿੱਚ ਐਕਸਟਰਾ ਹੁੰਦਾ ਹੈ ਤਾਂ ਅਸੀਂ ਰਿਕੁਐਸਟ ਕਰਾਂਗੇ ਕਿ ਸਾਨੂੰ ਜ਼ਰੂਰ ਕਾਲ ਕੀਤੀ ਜਾਵੇ ਅਸੀਂ ਰੀਚ ਆਊਟ ਵੀ ਕਰ ਰਹੇ ਹਾਂ ਗੁਰਦੁਆਰਿਆਂ ਨੂੰ ਕਿ ਜਿਹੜੇ ਉਹਨਾਂ ਦੇ ਪ੍ਰਬੰਧਕ ਕਮੇਟੀਆਂ ਨੇ ਕਿ ਤਾਂ ਕਿ ਉਹਨਾਂ ਕੋਲ ਸਾਡਾ ਨੰਬਰ ਹੋਵੇ ਅਤੇ ਐਟਲੀਸਟ ਅਗਰ ਉਹ ਸਾਨੂੰ ਉਹ ਫੂਡ ਜਿਹੜਾ ਉਹ ਡੋਨੇਸ਼ਨ ਦੇ ਬੇਸ 'ਤੇ ਦੇ ਦੇਣ ਤਾਂ ਅਸੀਂ ਉਸ ਚੀਜ਼ ਨੂੰ ਜਿਹੜਾ ਹੈ ਕਿ ਉਹਨਾਂ ਨੂੰ ਇੱਕ ਤਾਂ ਅਸੀਂ ਰਸੀਦ ਵੀ ਦੇਵਾਂਗੇ ਤਾਂ ਕਿ ਉਹਨਾਂ ਨੂੰ ਇਹ ਨਾ ਹੋਵੇ ਕਿ ਅਸੀਂ ਉਹ ਫੂਡ ਨੂੰ ਗਲਤ ਯੂਸੇਜ ਲਈ ਯੂਜ਼ ਕਰ ਰਹੇ ਹਾਂ ਪਲੱਸ ਉਹ ਜਿਹੜਾ ਉਹਨਾਂ ਨੂੰ ਡੋਨੇਸ਼ਨ ਦੀ ਰਸੀਦ ਵੀ ਦੇਵਾਂਗੇ ਕਿੱਥੇ ਉਹ ਡੋਨੇਟ ਹੋਇਆ ਸੀ ਤਾਂ ਕਿ ਉਹ ਆਪਣੇ ਅਗਰ ਫਾਈਲਿੰਗ ਕਰਨੀ ਹੈ ਜਾਂ ਅਗਰ ਉਹਨਾਂ ਨੇ ਉਸ ਚੀਜ਼ ਨੂੰ ਕਹਿਣਾ ਹੈ ਕਿ ਹਾਂ ਜੀ ਅਗਲੀ ਮੀਟਿੰਗ ਦੇ ਵਿੱਚ ਉਹਨਾਂ ਦੀ ਵੀ ਮੀਟਿੰਗ ਹੁੰਦੀਆਂ ਨੇ ਸੋ ਆਫਕੋਰਸ ਉਹ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਅਗਰ ਸਾਨੂੰ ਉਹ ਫੂਡ ਜਿਹੜਾ ਡੋਨੇਸ਼ਨ ਦੇ ਬੇਸ 'ਤੇ ਦਿੱਤਾ ਜਾਵੇ ਤਾਂ ਕਿ ਅਸੀਂ ਉਹ ਗਾੜੀ ਜਿਹੜਾ ਲੋੜਵੰਦ ਲੋਕਾਂ ਨੂੰ ਉਹਨਾਂ ਨੂੰ ਪਹੁੰਚਾ ਸਕੋ ਹਾਂਜੀ ਇਹਦੇ 'ਚ ਇੱਕ ਸਵਾਲ ਜ਼ਰੂਰ ਮੇਰੇ ਮਨ 'ਚ ਉੱਠਦਾ ਕਿ ਲੀਗੈਲਿਟੀ ਕੀ ਹੈ ਇਸ ਚੀਜ਼ ਦੀ ਕਿ ਅਗਰ ਗੁਰਦੁਆਰੇ ਤੋਂ ਮੰਨ ਲਓ ਕੱਲ੍ਹ ਨੂੰ ਕੋਈ ਬੰਦਾ ਫੂਡ ਪੋਇਜ਼ਨਿੰਗ ਨਾਲ ਸਿੱਕ ਹੁੰਦਾ ਹੈ ਤਾਂ ਵੀ ਆਮ ਸ਼ੋਰ ਗੁਰਦੁਆਰਾ ਜਿਹੜੇ ਮੈਨੇਜਮੈਂਟ ਇਸ ਚੀਜ਼ ਦਾ ਵਰੀ ਕਰਦੀ ਹੋਏਗੀ ਕਿਤੇ ਸਾਡੇ 'ਤੇ ਫਾਲ ਬੈਕ ਨਾ ਹੋਵੇ ਜੀ ਸੋ ਉਹਦੇ ਵਿੱਚ ਇਹ ਹੈ ਕਿ ਲਿਗੈਲਿਟੀ ਦੇ ਉੱਪਰ ਇਹ ਹੈ ਕਿ ਜਿਹੜਾ ਫੂਡ ਜਿੰਨਾ ਵੀ ਡੋਨੇਟ ਹੋ ਰਿਹਾ ਉਹਨੂੰ ਅਸੀਂ ਰੀਹੀਟ ਕਰਾਂਗੇ ਸੋ ਬਿਕੋਜ਼ ਮੇਰਾ ਰੈਸਟੋਰੈਂਟ ਦਾ ਬੈਕਗ੍ਰਾਊਂਡ ਕਰਕੇ ਉਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਤੁਸੀਂ ਫੂਡ ਕਿਤੇ ਵੀ ਲੈ ਕੇ ਜਾਂਦੇ ਜੇ ਅਗਰ ਉਹਨੂੰ ਤੁਸੀਂ ਦੁਬਾਰਾ ਫੁੱਲੀ ਰੀਹੀਟ ਕਰਕੇ ਉਹਨੂੰ ਦੁਬਾਰਾ ਵੰਡਦੇ ਜੇ ਤਾਂ ਉਹਦੇ ਵਿੱਚ ਉਹ ਜਿਹੜੇ ਜਰਮਸ ਨੇ ਉਹ ਸਾਰੇ ਡੈਡ ਹੋ ਜਾਂਦੇ ਨੇ ਸੋ ਦੇਰ ਸ਼ੁਡਨ ਬੀ ਇਸ਼ੂ ਪਰ ਐਟ ਦ ਸੇਮ ਟਾਈਮ ਅਸੀਂ ਉਹਨਾਂ ਨੂੰ ਇਹ ਦੇ ਸਕਦੇ ਹਾਂ ਕਿ ਜਿਹੜੀ ਸਾਡੀ ਆਪਣੀ ਇੰਸ਼ੋਰੈਂਸ ਹੈ ਲਾਈਫ ਫੋਰ ਹਿਊਮਨ ਦੀ ਜਿਹੜੀ ਇੰਸ਼ੋਰੈਂਸ ਹੈ ਉਹਦੇ ਉੱਤੇ ਕਵਰੇਜ ਹੋਏਗੀ ਨਾ ਕਿ ਉਹ ਅਸੀਂ ਗੁਰਦੁਆਰੇ ਉੱਤੇ ਪਾਵਾਂਗੇ ਕਿ ਅਸੀਂ ਫੂਡ ਕਿੱਥੋਂ ਲਿਆਂਦਾ ਸੀ ਸੋ ਆਪਾਂ ਰਿਟਰਨ ਦੇ ਸਕਦੇ ਹਾਂ ਕੁਸ਼ਨ ਨੂੰ ਵੀ ਕੈਨ ਕੀਪ them away from any liability on it ਮੈਨੂੰ ਗੱਲ ਚੇਤੇ ਆ ਕੁਝ ਸਾਲ ਪਹਿਲਾਂ ਦੀ ਕਿ ਆਈ ਥਿੰਕ ਇਟ ਵਾਸ ਲਾਸ ਐਂਜਲਸ ਤੋਂ ਹਾਂਜੀ ਇੱਕ ਸਾਊਥ ਅਫਰੀਕਨ ਜਨਰਲਮੈਨ ਸੀਗੇ ਉਹਨਾਂ ਨੂੰ ਆਈਡੀਆ ਆਇਆ ਕਿ ਜਿਹੜਾ ਜਿੰਨੇ ਹੋਟਲਸ ਨੇ ਆਪਾਂ ਜਾਂਦੇ ਹਾਂ ਉੱਥੇ ਦੋ ਦੋ ਬਾਰਸ ਪਈਆਂ ਹੁੰਦੀਆਂ ਆਪਾਂ ਇੱਕ ਵਾਰੀ ਸ਼ਾਵਰ ਲੈਣਾ ਦੋ ਵਾਰੀ ਲੈਣਾ ਅਤੇ ਉਹ ਬਾਹਰ ਉੱਥੇ ਰਹਿੰਦੀਆਂ ਦੇ ਥਰੋ ਦੇਣਾ ਉਹਨੇ ਕੀ ਕੀਤਾ ਕਿ ਉਹ ਸਾਰੇ ਇਕੱਠੇ ਕਰਕੇ ਹੀ ਸ਼ਿਪ ਟੈਮ ਟੂ ਅਫਰੀਕਾ ਜਿੱਥੇ ਲੋੜ ਸੀ ਔਰ ਉਸ ਚੀਜ਼ ਨੂੰ ਮਤਲਬ ਮੀਡੀਆ ਨੇ ਔਰ ਕੀ ਕਹਿੰਦੇ ਨੇ ਬੜੀਆਂ ਸੰਸਥਾਵਾਂ ਨੇ ਉਸ ਚੀਜ਼ ਦੀ ਪ੍ਰੇਜ਼ ਕੀਤੀ ਔਰ ਉਹਨੂੰ ਆਨਰ ਵੀ ਕੀਤਾ ਸੋ ਵਾਈ ਨੋਟ ਇਟਸ ਅ ਗ੍ਰੇਟ ਆਈਡੀਆ ਕਿਉਂਕਿ ਲੰਗਰ ਤਾਂ ਕੱਢਦਾ ਹੀ ਨਹੀਂ ਲੰਗਰ ਤਾਂ ਹਮੇਸ਼ਾ ਵੱਧਦਾ ਹੀ ਹੈ ਸੋ ਸਮਥਿੰਗ ਟੂ ਕੰਸਿਡਰ ਇਹ ਰਿਕੁਐਸਟ ਹੈ ਜੀ ਕਿਹੜੇ ਨੰਬਰ ਤੇ ਤੁਹਾਨੂੰ ਕੰਟੈਕਟ ਕਰਨਾ ਅਗਰ ਐਨੀਬਾਡੀ ਵਾਂਟਸ ਟੂ ਕੰਟੈਕਟ ਸੋ ਸਾਡਾ ਨੰਬਰ ਜੀ ਮੇਰਾ ਨੰਬਰ ਜਿਹੜਾ ਇੱਕ ਆਪਣਾ ਹੈਗਾ 571-442-3776 ਇਧਰ ਉਹ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਸਾਡੀ ਵੈਬਸਾਈਟ ਦੇ ਉੱਤੇ ਜਿੱਥੇ ਕਿ lifeforhumans.com ਦੇ ਉੱਪਰ ਵੀ ਤੁਸੀਂ ਜਾ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਉਹਦੇ ਉੱਤੇ ਕੰਟੈਕਟ ਬਾਕਸ ਬਣਿਆ ਹੈ ਤੁਸੀਂ ਆਪਣਾ ਉੱਥੇ ਵੀ ਦੇ ਸਕਦੇ ਹੋ ਜਾਂ ਮੈਨੂੰ ਵੋਇਸ ਮੇਲ ਛੱਡ ਦਿਓ ਜਾਂ ਮੈਸੇਜ ਕਰ ਦਿਓ ਅਤੇ ਅਸੀਂ ਡੈਫੀਨਟਲੀ ਰਿਸਪੋਂਸਿਵ ਤੁਹਾਨੂੰ ਕਰਾਂਗੇ ਸੋ ਆਪਾਂ ਲੋੜ ਹੈ ਵਲੰਟੀਅਰਸ ਦੀ ਹਾਂਜੀ ਆਪਾਂ ਲੋੜ ਹੈ ਡੋਨੇਸ਼ਨਸ ਦੀ ਜੀ ਆਪਾਂ ਲੋੜ ਹੈ ਫੂਡ ਦੀ ਸੋ ਮੰਨ ਲਓ ਕੋਈ ਬੰਦਾ ਬੈਠਾ ਇੱਥੋਂ ਦੂਰ ਦੇੜੇ ਬੈਠਾ ਨੌਰਥ ਕੈਰੋਲਾਈਨਾ ਬੈਠਾ ਹਾਈਪੋਥੈਟੀਕਲ ਕੁਐਸਚਨ ਲੈਣੇ ਆਪਾਂ ਉੱਥੋਂ ਆਪਾਂ ਨੂੰ ਅਗਰ ਕੋਈ ਬੰਦਾ ਮੰਨ ਲਓ ਕੱਚੀ ਚੌਲ ਅਤੇ ਦਾਲ ਭੇਜਣੀ ਚਾਹੁੰਦਾ
so they can ship it to you. Most welcome ji, most welcome. ਹੁਣ ਤਾਂ ਵੈਸੇ ਵੀ Amazon ਨੇ ਬਹੁਤ ਸੌਖਾ ਕਰ ਦਿੱਤਾ ਹੈ. Yes. So most welcome. ਤੇ ਉਹਦਾ ਵੀ ਇਹੀ ਹੈ ਕਿ ਸਾਡਾ ਐਡਰੈਸ ਵਗੈਰਾ ਜਿਸਨਾ ਵੀ ਹੈ ਉਹ ਆਪਣਾ ਆਨਲਾਈਨ ਹੈਗਾ ਜਾਂ ਸਾਨੂੰ ਕੰਟੈਕਟ ਕਰ ਦਿਓ, ਅਸੀਂ ਤੁਹਾਨੂੰ ਆਪਣਾ ਐਡਰੈਸ ਦੇ ਦਿਆਂਗੇ. ਤੇ ਦੈਟ ਵੇ ਆਲਸੋ ਅਸੀਂ ਤੁਹਾਨੂੰ ਰਸੀਦ ਵੀ ਪ੍ਰੋਵਾਈਡ ਕਰ ਦਿਆਂਗੇ ਕਿ ਤੁਸੀਂ ਇੰਨੇ ਦੀ ਡੋਨੇਸ਼ਨ ਕੀਤੀ ਹੈ. ਅਤੇ ਆ ਤੁਹਾਡੀ ਰਸੀਦ ਹੈ ਜਿਹੜੀ ਕਿ ਹਰ ਕੋਈ ਆਪਣਾ ਹਾਊਸ ਹੋਲਡ ਦੇ ਵਿੱਚ ਬੰਦਾ ਜਾਂ ਆਪਣੇ ਬਿਜ਼ਨਸ ਦੇ ਵਿੱਚ ਬੰਦਾ ਉਹਨੂੰ ਰਿਪੋਰਟ ਵੀ ਕਰ ਸਕਦਾ ਫਾਈਲਿੰਗ ਦੇ ਵਿੱਚ. ਸੋ lifeforhumans.com ਤੇ ਜਾ ਕੇ ਆਪਣਾ ਡੋਨੇਟ ਕਰ ਸਕਦੇ ਨੇ. ਹਾਂਜੀ ਛੋਟੇ ਵੀਰ ਦਾ ਨਾਂ ਹੈ ਹਰਮੀਤ ਸਿੰਘ ਹੁੰਦਲ. ਤੁਹਾਨੂੰ ਮੇਰੇ ਵੱਲੋਂ ਵੀ ਤੇ ਵੀਰ ਤੇ ਵੀਰ ਦੀ ਸੰਸਥਾ ਵੱਲੋਂ ਵੀ ਰਿਕੁਐਸਟ ਬੇਨਤੀ ਹੈ ਕਿ ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ ਇਸ ਸੰਸਥਾ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ. ਇੱਕ ਮਨ 'ਚ ਸਵਾਲ ਆਉਂਦਾ ਹੈ ਔਰ ਮੈਂ ਚਾਹੁੰਦਾ ਕਿ ਤੁਸੀਂ ਉਹਦਾ ਸਹੀ ਸਹੀ ਉੱਤਰ ਦਿਓ. ਠੀਕ ਹੈ. ਤੁਸੀਂ ਸਰਦਾਰ ਹੋ. ਹਾਂਜੀ. ਆਈ ਐਕਸਪੈਕਟ ਯੂ ਕਿ ਤੁਸੀਂ ਐਜ਼ ਅ ਰੈਸਟੋਰੈਂਟ ਓਨਰ ਹੋ, ਕੰਮ ਕਰਦੇ ਹੋ. ਚਲੋ ਨਹੀਂ ਤੁਸੀਂ ਬਾਹਰ ਰੱਖੇ, ਪਰ ਜਦੋਂ ਤੁਸੀਂ ਇਹ ਚੀਜ਼ ਲੈ ਕੇ ਜਾਂਦੇ ਹੋ, ਡੂ ਯੂ ਵੇਅਰ ਅ ਟਰਬਨ ਫੋਰ ਯੂਅਰ ਆਈਡੈਂਟੀ ਸੇਕ? ਸੋ ਉਹਦੇ ਵਿੱਚ ਇਹ ਹੈ ਜੀ ਕਿ ਸਿੰਸ ਮੇਰਾ ਰੇਜ਼ ਅਪ ਜਿਹੜੀ ਮੇਰੀ ਇੱਥੇ ਸੀ, ਸੋ ਉਹਦੇ ਕਰਕੇ ਜਿਹੜਾ ਹੈਗਾ ਸੀ ਥੋੜ੍ਹਾ ਉਸ ਚੀਜ਼ ਤੋਂ ਥੋੜ੍ਹਾ ਵੱਖਰੇ ਰਹੇ ਹਾਂ. ਪਰ ਇਹ ਕਿ ਕੁਛ ਸਾਡੇ ਜਿਹੜੇ ਵੱਖਰੇ ਨਹੀਂ ਵਾਂਝੇ ਰਹੇ ਹਾਂ. ਸੋ ਜਿਹੜੇ ਕਿ ਕੁਛ ਸਾਡੇ ਮੈਂਬਰਸ ਨੇ ਜਿਹੜੇ ਪੱਗ ਬੰਨਦੇ ਨੇ, ਸੋ ਜ਼ਰੂਰ ਉਹ ਬੰਨ ਕੇ ਜਾਣਗੇ ਜੀ. ਤੁਹਾਡੀ ਉਹ ਗੱਲ ਸਿਰ ਮੱਦੇ ਅਤੇ ਉਹ ਜ਼ਰੂਰ ਜਾਣਗੇ. ਪਰ ਇਹ ਤੁਹਾਡੀ ਇਹ ਵੀ ਗੱਲ ਠੀਕ ਹੈ ਜਿਹੜੀ ਕਿ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਅਤੇ ਨਾਲ ਨਾਲ ਵੈਸੇ ਸਿੱਖੀ ਫਿਰ ਪ੍ਰਮੋਟ ਹੋ ਜਾਏਗੀ ਨਾ ਜੀ. ਸੋ ਉਹ ਅਸੀਂ ਜ਼ਰੂਰ ਖਿਆਲ 'ਚ ਰੱਖਾਂਗੇ ਅਤੇ ਅੱਗੇ ਤੋਂ ਜਿੱਥੇ ਵੀ ਜਾਵਾਂਗੇ, ਭਾਵੇਂ ਮੈਨੂੰ ਪਰਨਾ ਬਣ ਕੇ ਜਾਣਾ ਪਵੇ, ਮੈਂ ਜ਼ਰੂਰ ਜਾਵਾਂਗਾ. ਸੋ DC9 ਵਿਦ ਪੌਲ ਬਾਠ ਇੱਕ ਕ੍ਰੈਡਿਟ ਲੈ ਸਕਦਾ ਹੈ ਕੱਲ੍ਹ ਨੂੰ ਜਦੋਂ ਤੁਸੀਂ ਇਹ ਕੰਮ ਕਰੋ ਵੀ ਅਸੀਂ ਆਈਡੀਆ ਇਹ ਜਿਹੜਾ ਹੈ ਅਤੇ ਸਾਡੀ ਬੇਨਤੀ ਤੁਸੀਂ ਮੰਨੋ. ਵੈਰੀ ਨਾਈਸ. ਕੋਈ ਹੋਰ ਵਿਊਜ਼ ਦੇ ਨਾਲ ਤੁਸੀਂ ਆਪਣੀ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹੋ? ਦਿਸ ਇਜ਼ ਯੋਰ ਪਲੇਟਫਾਰਮ ਟੂਡੇ. ਵੈਲ ਇਹ ਹੈ ਕਿ ਥੈਂਕ ਯੂ ਵੈਰੀ ਮੱਚ ਵਾਂਸ ਅਗੇਨ, ਤੁਹਾਡਾ ਵੀ ਅਤੇ ਮਾਈ ਟੀਵੀ ਦਾ ਵੀ ਅਤੇ ਦਰਸ਼ਕਾਂ ਦਾ ਵੀ, ਕਿ ਸਾਨੂੰ ਸਪੋਰਟ ਦਿੱਤੀ ਹੈ, ਅੱਜ ਤੁਸੀਂ ਇੱਕ ਵੋਇਸ ਦਿੱਤੀ ਹੈ. ਅਤੇ ਮੈਂ ਹੀ ਰਿਕੁਐਸਟ ਕਰਾਂਗਾ ਹਰ ਬੰਦੇ ਕੋਲੋਂ ਕਿ ਸਾਡੇ ਨਾਲ ਜੁੜਨ. ਅਤੇ ਅਸੀਂ ਯੂ ਨੋ ਐਨੀ ਟਾਈਮ ਕਿਸੇ ਨੂੰ ਕੋਈ ਵੀ ਡੋਨੇਸ਼ਨ ਦੇਣੀ ਹੈ ਜਾਂ ਈਵਨ ਗੁਰਦੁਆਰਾ ਐਂਡ ਐਵਰੀਬਾਡੀ ਐਲਸ, ਆਈ ਮੀਨ ਜ਼ਰੂਰੀ ਨਹੀਂ ਹੈ ਕਿ ਸਾਨੂੰ ਹੋਮਲੈਸ ਸ਼ੈਲਟਰਸ ਦੀ ਹੈਲਪ ਕਰਨੀ ਹੈ. ਕਿਸੇ ਨੂੰ ਵੀ ਹੈਲਪ ਚਾਹੀਦੀ ਹੈ ਤਾਂ ਜ਼ਰੂਰ ਰੀਚ ਆਊਟ ਕਰੋ. ਕੋਈ ਆਈਡੀਆ ਵੀ ਦੇਣਾ ਹੋਵੇ ਕਿਸੇ ਨੂੰ? ਹਾਂਜੀ. ਅਤੇ ਜਿੰਨਾ ਵੀ ਅਗਰ ਕੋਈ ਵੀ ਆਈਡੀਆ ਇਸ ਮੋਸਟ ਵੈਲਕਮ, ਆਈ ਮੀਨ ਕੋਈ ਵੀ ਹੈ. ਅਤੇ ਪਲੱਸ ਅਗਰ ਕੋਈ ਵੀ ਕਿਸੇ ਨੂੰ ਵੀ ਹੈਲਪ ਵੀ ਚਾਹੀਦੀ ਹੈ, ਨਾਟ ਜਸਟ ਕਿ ਫੂਡ ਦੀ, ਕੋਈ ਹੋਰ ਵੀ ਹੈਲਪ ਚਾਹੀਦੀ ਹੈ, ਤਾਂ ਅਸੀਂ ਆਪਣੀ ਕਮਿਊਨਿਟੀ ਨੂੰ ਜ਼ਰੂਰ ਪੁੱਛਾਂਗੇ ਕਿ ਇਹ ਸਾਨੂੰ ਮਦਦ ਚਾਹੀਦੀ ਹੈ ਕਿਸੇ ਨੂੰ, ਅਤੇ ਉਹ ਕੀਤੀ ਜਾਵੇ. ਸੋ ਡੈਫੀਨਟਲੀ ਰੀਚ ਆਊਟ. ਇੱਕ ਹੋਰ ਵਾਅਦਾ ਕਿ ਤੁਸੀਂ ਸਮੇਂ ਸਮੇਂ 'ਤੇ ਸਾਡੇ ਨਾਲ ਇਸ ਸੰਸਥਾ ਦੀ ਔਰ ਇਸ ਭਲਾਈ ਦੇ ਕੰਮ ਦੀ ਜਿਹੜੀ ਪ੍ਰੋਗਰੈਸ ਆ ਉਹ ਸਾਡੇ ਨਾਲ ਸ਼ੇਅਰ ਕਰਦੇ ਰਹੋ ਦੇ ਨਾਲ. ਸੋ ਅੱਜ ਦਾ ਛੋਟਾ ਜਿਹਾ ਅਪਰੇਲਾ ਜੀ, ਅਪਰਾਲਾ ਕਮਿਊਨਿਟੀ ਦਾ ਟੀ ਵੀ ਹੈ, ਮਾਈ ਟੀ ਵੀ ਇਜ਼ ਯੋਰ ਟੀ ਵੀ, ਪੰਜਾਬੀ ਕਮਿਊਨਿਟੀ ਦਾ ਟੀ ਵੀ ਹੈ. ਸੋ ਅਸੀਂ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਇਹ ਯੰਗ ਜਨਰੇਸ਼ਨ ਹੈ ਡਿਫਰੈਂਟ ਫੀਲਡਸ ਦੇ ਵਿੱਚ ਕਮਿਊਨਿਟੀ ਦੀ ਸੇਵਾ ਕਰਦੀ ਹੈ, ਆਪਣਾ ਫਰਜ਼ ਸਮਝ ਕੇ ਤੁਹਾਡੇ ਰੂਬਰੂ ਕੀਤਾ ਸਰਦਾਰ ਹਰਮੀਤ ਸਿੰਘ ਹੁੰਦਲ ਨੂੰ. ਔਰ ਮਾਈ ਟੀ ਵੀ ਵੱਲੋਂ ਇਹ ਭਰੋਸਾ ਦਵਾਇਆ ਜਾਂਦਾ ਕਿ ਐਸੀਆਂ ਜਿੰਨੀਆਂ ਵੀ ਸੰਸਥਾ ਨੇ ਅਸੀਂ ਉਹਨਾਂ ਦੇ ਨਾਲ ਰਲ ਕੇ ਜੋ ਵੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਅਸੀਂ ਕਰਾਂਗੇ. ਸੋ ਤੁਹਾਡੇ ਸਮੇਂ ਦਾ ਦੇਣ ਲਈ ਬਹੁਤ ਬਹੁਤ ਧੰਨਵਾਦ. ਹੱਸਦੇ ਰਹੋ, ਵੱਸਦੇ ਰਹੋ, ਫਿਰ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ 'ਚ. ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ.